ਇੰਤਜ਼ਾਰ ਹੁਸੈਨ ਦੀ ਪਾਕਿਸਤਾਨੀ ਕਹਾਣੀ ਹੈ ਨਰ ਨਾਰੀ ਮਦਨ ਸੁੰਦਰੀ ਕਿੰਨੀ ਖੁਸ਼ ਸੀ ਕਿ ਦੇਵੀ ਨੇ ਉਹਦੀ ਸੁਣ ਲਈ ਨਹੀਂ ਤਾਂ ਭਰਾ ਤੇ ਪਤੀ ਦੋਹਾਂ ਨੂੰ ਗੁਆ ਬੈਠੀ ਸੀ ਭਰਾ ਜਦੋਂ ਪੂਰਾ ਹੋਣ ਲੱਗਾ ਤਾਂ ਉਹਦੇ ਤੋਂ ਵਾਰੀ ਜਾਂਦੀ ਰਹੀ ਗੋਪੀ ਨੇ ਵੀ ਮਦਨ ਸੁੰਦਰੀ ਦੇ ਸਿਰ ਤੇ ਹੱਥ ਫੇਰਿਆ ਆਸ਼ੀਰਵਾਦ ਦਿੱਤਾ ਤੇ ਚਲਾ ਗਿਆ ਗੋਪੀ ਦੇ ਤੁਰ ਜਾਣ ਮਗਰੋਂ ਮਦਨ ਸੁੰਦਰੀ ਦੇਵੀ ਦੇ ਗੁਣ ਗਾਉਂਦੀ ਰਹੀ ਤਾਵਲ ਉਹਦੀ ਹਾਂ ਛਾਂ ਮਲਾਉਂਦਾ ਰਿਹਾ ਦੋਵਾਂ ਨੇ ਮਿਲ ਕੇ ਦੇਵੀ ਦੀ ਮਹਿਮੰਗਾਈ ਕਿ ਬ੍ਰਹਮਾ ਵਿਸ਼ਨੂੰ ਤੇ ਇੰਦਰ ਸਭ ਉਹਦੀ ਸੇਵਾ 'ਚ ਲੱਗੇ ਰਹਿੰਦੇ ਹਨ ਉਹ ਵੀ ਆਪਣੇ ਭਗਤਾਂ ਤੇ ਅਪਾਰ ਕਿਰਪਾ ਕਰਦੀ ਹੈ ਤੇ ਜਦੋਂ ਕਿਸੇ ਭਗਤ ਤੇ ਮੁਸੀਬਤ ਪੈਂਦੀ ਹੈ ਤਾਂ ਤੁਰੰਤ ਉੱਥੇ ਪਹੁੰਚ ਕੇ ਉਹਨੂੰ ਮੁਸੀਬਤ ਚੋਂ ਕੱਢਦੀ ਹੈ ਬਸ ਇਨਾਂ ਹੀ ਗੱਲਾਂ 'ਚ ਦਿਨ ਬੀਤ ਗਿਆ ਰਾਤ ਹੋਈ ਤੇ ਸਾਰੇ ਦਿਨ ਦੀ ਥੱਕੀ ਹਾਰੀ ਮਦਨ ਸੁੰਦਰੀ ਸੌਣ ਲਈ ਤਾਵਲ ਦੇ ਨਾਲ ਸੌ ਜਾਏਗੀ ਅੱਜ ਜਿੱਦਾਂ ਉਹਨੂੰ ਗੁਆ ਕੇ ਹਾਸਲ ਕੀਤਾ ਸੀ ਕਿੰਨੀਆਂ ਚਾਹਤਾਂ ਨਾਲ ਉਹਦੇ ਕੋਲ ਆਈ ਸੀ ਪਰ ਉਹਨੂੰ ਇਹਨਾਂ ਬਾਹਾਂ 'ਚ ਸੁੱਖ ਨਾ ਮਿਲਿਆ ਇਹ ਜਿਸਮ ਉਹਨੂੰ ਅਨਜਾਨ ਲੱਗਣ ਲੱਗ ਪਿਆ ਸੀ ਉਹ ਹੈਰਾਨ ਸੀ ਕਿ ਅਜ ਤਾਬਲ ਦੇ ਜਿਸਮ ਨੂੰ ਕੀ ਹੋ ਗਿਆ ਇਸ ਜਿਸਮ ਨੂੰ ਤਾਂ ਉਹਦਾ ਆਪਣਾ ਜਿਸਮ ਚੰਗੀ ਤਰ੍ਹਾਂ ਪਛਾਣਦਾ ਸੀ ਜਦੋਂ ਦੋਵੇਂ ਮਿਲਦੇ ਤਾਂ ਇਦਾਂ ਘੁਲ ਮਿਲ ਜਾਂਦੇ ਜਿੱਦਾਂ ਜਨਮ ਜਨਮ ਤੋਂ ਇੱਕ ਦੂਜੇ ਨੂੰ ਜਾਣਦੇ ਹੋਣ ਉਹਦਾ ਹੱਥ ਪੂਰੀ ਤਰ੍ਹਾਂ ਉਦੇ ਜਿਸਮ ਕੋਲ ਜਾਂਦਾ ਜਿੱਦਾਂ ਉਹਦੇ ਸਭ ਪਿੱਤਾਂ ਨੂੰ ਨੇ ਜਾਣ ਰੱਖਿਆ ਹੋਵੇ ਉਹਦੇ ਬਿਜਲੀ ਭਰੇ ਹੱਥਾਂ ਦੇ ਝੂਏ ਜਾਣ ਨਾਲ ਉਹਦੇ ਵਿੱਚ ਲਹਿਰ ਦੌੜ ਜਾਂਦੀ ਪੂਰਾ ਜਿਸਮ ਜਾਗ ਜਾਂਦਾ ਪਰ ਅੱਜ ਤਾਂ ਇਦਾਂ ਲੱਗ ਰਿਹਾ ਸੀ ਜਿੱਦਾਂ ਉਹ ਜਿਸਮ ਇੱਕ ਦੂਜੇ ਨੂੰ ਜਾਣਦੇ ਹੀ ਨਾ ਹੋਣ ਇੱਕੋ ਹੱਥ ਜਿੱਦਾਂ ਪਹਿਲੀ ਵਾਰ ਉਹਦੇ ਵਿੱਚਕਾਰ ਆਇਆ ਮਦਨ ਸੁੰਦਰੀ ਦੁਚਿੱਤੀ ਚ ਪੈ ਗਈ ਕੀ ਇਹ ਉਹੀ ਜਿਸਮ ਨਹੀਂ ਜਿਸ ਨਾਲ ਉਹ ਰੋਜ਼ ਰਾਤ ਨੂੰ ਸੌਂਦੀ ਸੀ ਫਿਰ ਬੇਕਾਬੂ ਹੋ ਕੇ ਬੋਲੀ ਇਹ ਤੂੰ ਨਹੀਂ ਉਹ ਤਾਵਲ ਦੀਆਂ ਬਾਹਾਂ ਚੋਂ ਨਿਕਲ ਕੇ ਉੱਠ ਬੈਠੀ ਤਾਵਲ ਹੈਰਾਨ ਸੀ ਕਿ ਮਦਨ ਸੁੰਦਰੀ ਨੂੰ ਕੀ ਹੋ ਗਿਆ ਕੀ ਕਹਿ ਰਹੀ ਹੈ ਤੂੰ ਇਹ ਮੈਂ ਨਹੀਂ ਹੈ ਨਹੀਂ ਇਹ ਤੂੰ ਨਹੀਂ ਜ਼ਬਾਨ ਇੱਕ ਵਾਰ ਖੁੱਲੀ ਤਾਂ ਖੁੱਲ ਗਈ ਸੁੰਦਰੀ ਹੋਸ਼ ਚਾ ਮੈਂ ਜੇਕਰ ਮੈਂ ਨਹੀਂ ਤਾਂ ਮੈਂ ਫਿਰ ਕੌਣ ਆ ਇਹ ਕਹਿੰਦੇ ਹੋਏ ਤਾਵਲ ਦੀਵਾ ਹੱਥ ਚ ਲੈ ਕੇ ਮਦਨ ਸੁੰਦਰੀ ਦੇ ਕੋਲ ਬੈਠ ਕੇ ਕਹਿਣ ਲੱਗਿਆ ਲੈ ਦੇਖ ਬੋਲ ਕੀ ਮੈਂ ਨਹੀਂ ਮਦਨ ਸੁੰਦਰੀ ਨੇ ਦੀਵੇ ਦੀ ਲੋਚ ਦੇਖਿਆ ਐਦਾਂ ਬੋਲੀ ਜਿਦਾਂ ਆਪਣੇ ਕਹਿ ਬੋਲਾਂ ਤੇ ਸ਼ਰਮਿੰਦਾ ਹੋਵੇ ਹੈ ਤਾਂ ਇਹ ਤੂੰ ਹੀ ਚੰਗੀ ਤਰ੍ਹਾਂ ਦੇਖ ਲੈ ਫਿਰ ਬਾਅਦ ਚ ਕਿਸੇ ਸ਼ੱਕ ਚ ਨਾ ਪੈ ਜਾਏ ਤਾਵਲ ਵੀ ਉਹਨੂੰ ਸ਼ਰਮਿੰਦਾ ਕਰਨ ਤੇ ਉਤਾਰੂ ਸੀ ਉਹ ਸ਼ਰਮਿੰਦੀ ਹੋ ਗਈ ਹੈ ਤਾਂ ਤੂੰ ਉਹੀ ਕਹਿੰਦੇ ਆਂ ਕਹਿੰਦੇ ਆਂ ਦੀ ਨਜ਼ਰ ਤਾਵਲ ਦੇ ਹੱਥਾਂ ਤੇ ਜਾ ਪਹੁੰਚੀ ਤੇ ਹੌਲੀ ਜੀ ਬੋਲੀ ਪਰ ਹੱਥ ਨੇ ਇਹਨਾ ਹੱਥਾਂ ਨੂੰ ਕੀ ਹੋਇਆ ਹੈ ਮਦਨ ਸੁੰਦਰੀ ਤਾਵਲ ਦੀ ਗੱਲਾਂ ਸੁਣੀ ਕਰਕੇ ਉਹਨਾਂ ਬਾਹਾਂ ਨੂੰ ਤਕਦੀਰੀ ਤਾਵਲ ਇਹ ਹੱਥ ਤੇਰੇ ਨਹੀਂ ਫਿਰ ਕਿਸ ਦੇ ਨਹੀਂ ਉਹਨੇ ਸੜ ਕੇ ਕਿਹਾ ਇਹ ਹੀ ਤਾਂ ਉਹ ਸੋਚ ਰਹੀ ਸੀ ਕਿ ਹੱਥ ਕਿਸ ਦੇ ਹਨ ਇਹ ਹੱਥ ਹਣ ਜਾਣੀ ਨਹੀਂ ਪਰ ਤਾਵਲ ਦੇ ਵੀ ਨਹੀਂ ਫਿਰ ਕਿਸ ਤੇ ਹਨ ਉਸੇ ਪਲ ਗੋਪੀ ਦਾ ਪਰਛਾਵਾਂ ਉਦੀ ਨਜ਼ਰਾਂ ਸਾਹਮਣੇ ਆ ਗਿਆ ਗੋਪੀ ਦੇ ਹੱਥ ਅਚਾਨਕ ਉਹਦੇ ਮੂੰਹ ਨਿਕਲਿਆ ਤੇ ਉਹ ਸੁੰਨ ਹੋ ਗਈ ਉਹਨੂੰ ਸਭ ਯਾਦ ਆ ਗਿਆ ਹਾਲ ਇਹ ਹੋ ਗਿਆ ਕਿ ਕਟੋ ਤਜੇ ਸਮਝ ਖੋਨ ਨਹੀਂ ਉਹ ਗਮਸਮ ਹੋ ਗਈ ਫਿਰ ਐਦਾਂ ਬੋਲਣ ਲੱਗੀ ਜਿਵੇਂ ਕੋਈ ਜੁਰਮ ਕਬੂਲ ਕਰ ਰਹੀ ਹੋਵੇ ਸਵਾਮੀ ਮੈਂ ਤੁਹੋਂ ਭੁੱਲ ਹੋ ਗਈ ਭੁੱਲ ਕਾਦੀ ਭੁੱਲ ਪਾਰੀ ਭੁੱਲ ਉਹਦੇ ਚਿਹਰੀ ਦੀਆਂ ਹਵਾਈਆਂ ਉੱਡ ਗਈਆਂ ਸਨ ਪਤਾ ਤਾਂ ਲੱਗੇ ਕੀ ਭੁੱਲ ਹੋ ਗਈ ਤੇ ਇਥੋਂ ਸਿਰ ਢੜ ਦਾ ਕਪੜਾ ਹੋ ਗਿਆ ਸਤਵਲ ਬੋਲਿਆ ਨਹੀਂ ਭਗਵਾਨ ਨੇ ਤੂੰ ਕਿਹੋ ਜੀਆਂ ਬਹਿਕੀਆਂ ਗੱਲਾਂ ਕਰ ਰਹੀ ਹੈ ਮਦਨ ਸੁੰਦਰੀ ਰੋ ਪਈ ਸਵਾਮੀ ਤੁਸੀਂ ਮੈਨੂੰ ਭਗਵਾਨ ਕਹਿੰਦੇ ਹੋ ਮੇਰੇ ਨਾਲੋਂ ਵੱਧ ਮਾੜੀ ਕਿਸਮਤ ਕਿਦੀ ਹੋਏਗੀ ਇੱਕ ਮੁਸੀਬਤ ਚੋਂ ਨਿਕਲੀ ਤੇ ਦੂਜੀ ਮੁਸੀਬਤ ਚ ਪੈ ਗਈ ਫੁੱਟ ਜਾਣੇ ਅੱਖਾਂ ਜਿਨ੍ਹਾਂ ਨੇ ਪਹਿਲਾਂ ਧਰਮਪਤੀ ਤੇ ਫਿਰ ਪਿਆਰੇ ਭਰਾ ਦੇ ਸਿਰ ਧੜ ਕਟਵਾ ਦਿੱਤੇ ਹੁਣ ਇਹੀ ਅੱਖਾਂ ਸਿਰ ਧੜ ਦਾ ਕਪੜਾ ਦੇਖ ਰਹੀਆਂ ਨੇ ਟੁੱਟ ਜਾਣੇ ਹੱਥ ਜਿਨ੍ਹਾਂ ਕਾਰਨ ਇਹ ਕਪੜਾ ਹੋਇਆ ਤਵਾਲ ਦੇ ਹਵਾਸ ਗੁੰਮ ਹੋਣ ਲੱਗੇ ਕਿਤੇ ਮੰਦਨ ਮਦਨ ਸੁੰਦਰੀ ਦਾ ਦਿਮਾਗ ਤਾਂ ਨਹੀਂ ਫਿਰ ਗਿਆ ਬੋਲਿਆ ਸਿਰ ਤਾਂ ਮੇਰਾ ਕਟਿਆ ਸੀ ਪਰ ਮੈਨੂੰ ਲੱਗਦਾ ਕਿ ਸਿਰ ਤੇਰਾ ਫਿਰ ਗਿਆ ਸਿੱਧੀ ਗੱਲ ਕਰ ਨੀ ਤੇ ਮੈਂ ਸੱਚਮੁੱਚ ਹੀ ਸਮਝਾਂਗਾ ਵੀ ਤੇਰੀ ਮਤ ਮਾਰੀ ਗਈ ਏ ਮੇਰੀ ਮਤ ਹੀ ਤਾਂ ਮਾਰੀ ਗਈ ਸੀ ਓਏ ਕੰਦੇਆਂ ਕੰਦੇਆਂ ਸਾਰਾ ਦ੍ਰਿਸ਼ ਉਹਦੀਆਂ ਅੱਖਾਂ ਸਾਹਮਣੇ ਘੁੰਮ ਗਿਆ ਉਹ ਦ੍ਰਿਸ਼ ਮੰਦਰ ਦੇ ਵਿਹੜੇ 'ਚ ਦੇਵੀ ਦੀ ਮੂਰਤ ਦੇ ਸਾਹਮਣੇ ਗੋਪੀ ਤੇ ਤਾਵਲ ਖੂਨ ਚ ਲਥਪਤ ਪਏ ਹਨ ਦੋਵਾਂ ਦੇ ਸਿਰ ਵੱਖ-ਵੱਖ ਤੜ ਵੱਖ ਉਹਦੀ ਸੁੱਧ ਬੁੱਧ ਮਾਰੀ ਗਈ ਕੁਝ ਸਮਝ ਨਹੀਂ ਆਇਆ ਕਿ ਇਹ ਕੀ ਹੋਇਆ ਉਸ ਸਿਰ ਪਿੱਟਣ ਲੱਗੀ ਵਾਲ ਨ ਉੱਚਣ ਲੱਗੀ ਪਲਾਂ ਚੱਖਾਂ ਚ ਹੰਝੂਆਂ ਦੀ ਗੰਗਾ ਵਹਿ ਤੁਰੀ ਰੋਂਦਿਆਂ ਰੋਂਦਿਆਂ ਸਾਹਮਣੇ ਜੋ ਨਜ਼ਰ ਆਇਆ ਉਹ ਇੱਕ ਖੂਨ ਚ ਭਿੱਜੀ ਤਲਵਾਰ ਪਈ ਸੀ ਖੂਨ ਨਾਲ ਭਿੱਜੀ ਉਹ ਤਲਵਾਰ ਨੂੰ ਦੇਖ ਕੇ ਉਹਦੇ ਦਿਮਾਗ ਚ ਕੁਝ ਹੋ ਰਿਹਾ ਆ ਮਾੜੀ ਕਿਸਮਤ ਕੇ ਸਵਾਮੀ ਤੇ ਭਰਾ ਦੋਵੇਂ ਜਾਨ ਤੋਂ ਗਏ ਉਹ ਹੁਣ ਜੀ ਕੇ ਕੀ ਕਰੇਗੀ ਜਿਸ ਤਲਵਾਰ ਨੇ ਉਹਨਾਂ ਦਾ ਕੰਮ ਖਤਮ ਕੀਤਾ ਕਿ ਉਹਨਾਂ ਉਸੇ ਤਲਵਾਰ ਨਾਲ ਆਪਣਾ ਸਿਰ ਕੱਟੇ ਤੇ ਉਹਨਾਂ ਤੇ ਵਾਰ ਦੇ ਵੀ ਇਹ ਸੋਚ ਕੇ ਉਹਨੇ ਖੂਨ ਨਾਲ ਭੇਜੀ ਉਹੀ ਤਲਵਾਰ ਚੁੱਕੀ ਆਪਣੀ ਗਰਦਨ ਤੇ ਮਾਰਨ ਲੱਗੀ ਕਿ ਦੇਵੀ ਦੀ ਮੂਰਤੀ ਵਿੱਚੋਂ ਆਵਾਜ਼ ਆਈ हे ਨਾਰੀ ਤਲਵਾਰ ਸੁੱਟ ਦੇ ਤੂੰ ਸੱਚੀ ਔਰਤ ਤੇ ਸੱਚੀ ਭੈਣ ਸਾਬਤ ਹੋਈ ਹੈ ਮੈਂ ਤੇਰੇ ਤੋਂ ਖੁਸ਼ ਹਾਂ ਤੇਰੇ ਪਤੀ ਤੇ ਭਰਾ ਨੂੰ ਜੀਵਨ ਦਾਤ ਦੇਂਦੀਆਂ ਤੂੰ ਐਦਾਂ ਕਰ ਮੁੰਡੇ ਨੂੰ ਰੁੰਡ ਨਾਲ ਮਿਲਾ ਦੇ ਦੋਵੇਂ ਜੀ ਉੱਠਣਗੇ ਦੇਵੀ ਦੀ ਆਵਾਜ਼ ਸੁਣ ਕੇ ਖੁਸ਼ੀ ਨਾਲ ਉਹਦੇ ਹੱਥ ਪੈਰ ਫੁੱਲ ਗਏ ਇਸੇ 'ਚ ਗੜਬੜ ਹੋ ਗਈ। ਮਤ ਪਹਿਲਾਂ ਗਮ ਨਾਲ ਮਾਰੀ ਗਈ ਸੀ, ਹੁਣ ਖੁਸ਼ੀ ਨਾਲ ਮਾਰੀ ਗਈ। ਉਹ ਤਾਵਲ ਨੂੰ ਕਹਿਣ ਲੱਗੀ, "ਸਵਾਮੀ, ਮੇਰੀ ਮਤ ਸੱਚਮੱਚ ਮਾਰੀ ਗਈ ਸੀ। ਅਜਿਹੀ ਗੜਬੜੀ ਕੀਤੀ ਕਿ ਭਰਾ ਦੇ ਢੜ ਤੇ ਤੁਹਾਡਾ ਸਿਰ ਲਟਕਾ ਦਿੱਤਾ। ਤੁਹਾਡੇ ਢੜ ਨਾਲ ਭਰਾ ਦਾ ਸਿਰ ਚਿਪਕਾ ਦਿੱਤਾ।" ਫਿਰ ਜਦੋਂ ਮੈਨੂੰ ਸੋਚ ਆਈ ਤੇ ਮੈਂ ਸਿਰ ਪਿੱਟਣ ਲੱਗੀ ਕਿ ਮੈਂ ਇਹ ਕੀ ਕਰ ਬੈਠੀ ਆਂ। ਗਲਤ ਨੂੰ ਸਹੀ ਕਰਨ ਲੱਗੀ। ਸਿਰ ਢੜ ਨੂੰ ਫੇਰ ਜੋੜਨ ਲਈ ਉੱઠી ਸੀ ਕਿ ਦੋਵੇਂ ਜੀ ਉੱਠ ਖੜੇ ਹੋਏ। ਮਰੀਆ ਨੂੰ ਜਿੰਦਾ ਵੇਖ ਕੇ ਮੈਂ ਖੁਸ਼ੀ ਨਾਲ ਇਦਾਂ ਝੱਲੀ ਹੋਈ ਕਿ ਮੈਂ ਗਲਤੀ ਠੀਕ ਕਰਨੀ ਭੁੱਲ ਗਈ ਪਤਾ ਜਾ ਕੇ ਹੋਣ ਲੱਗਾ ਕਿ ਗੜਬੜੀ ਹੋ ਗਈ ਭਰਾ ਤੇ ਪਤੀ ਦਾ ਘੜਮਾਲ ਹੋ ਗਿਆ ਤਾਬਲ ਨੇ ਉਹਦੀ ਗੱਲ ਨੂੰ ਹਾਸੇ ਚ ਡਰਾਉਣਾ ਚਾਹਿਆ ਚਲ ਇਹ ਤਾਂ ਚੰਗਾ ਹੀ ਹੋਇਆ ਕਿ ਭਰਾ ਤੇ ਪਤੀ ਦਾ ਘੜਮਾਲ ਹੋ ਗਿਆ ਉਹ ਤੜਪ ਕੇ ਕਹਿਣ ਲੱਗੀ ਮੇਰੀ ਚਿੰਤਾ ਹੁਣ ਇਹ ਵੀ ਕਿ ਹੁਣ ਮੈਂ ਭੈਣ ਕੀ ਦੀ ਆ ਪਤਨੀ ਕੀ ਦੀ ਇਹ ਸੁਣ ਕੇ ਤਾਵਲ ਹੱਟ ਬੜਾ ਗਿਆ ਸੋਚ ਵਿੱਚ ਪੈ ਗਿਆ ਛੇਤੀ ਉਹਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਕਹਿਣ ਲੱਗਾ ਨਹੀਂ ਸੁੰਦਰੀ ਇਹ ਫੈਸਲਾ ਕਰਨਾ ਕਿਹੜਾ ਮੁਸ਼ਕਿਲ ਹੈ ਨਦੀਆਂ 'ਚ ਉੱਤਮ ਗੰਗਾ ਨਦੀ ਤੇ ਪਹਾੜਾਂ 'ਚ ਉੱਤਮ ਸੁਮੇਰ ਪਰਬਤ ਅੰਗਾਂ 'ਚ ਉੱਤਮ ਮਸਤਕ ਧੜ ਦਾ ਕੀ ਹੈ ਉਹ ਤਾਂ ਸਭ ਦੇ ਇੱਕ ਬਰਾਬਰ ਹੁੰਦੇ ਨੇ ਮਨੁੱਖ ਤਾਂ ਆਪਣੇ ਦਿਮਾਗ ਤੋਂ ਪਛਾਣਿਆ ਜਾਂਦਾ ਸੋ ਦੁੱਧ ਧੜ ਤੇ ਨਾ ਜਾ ਮੱਥੇ ਨੂੰ ਦੇਖ ਕਿ ਇਹ ਮੇਰਾ ਮਦਨ ਸੁੰਦਰੀ ਨਿਰੁੱਤਰ ਹੋ ਗਈ। ਦਿਲ ਚ ਕਿਹਾ ਕਿ ਤਾਵਲ ਠੀਕ ਕਹਿੰਦਾ ਹੈ। ਧੜ ਦੇ ਨਾਨਕ ਕੰਨ ਹਨ ਨਾ ਮੂੰ ਮੱਥਾ ਕੁਝ ਵੀ ਨਹੀਂ ਹੁੰਦਾ। ਉਹ ਤਾਂ ਬਸ ਧੜ ਹੁੰਦਾ ਹੈ। ਉਹਨੇ ਤਾਵਲ ਦੇ ਮੱਥੇ ਨੂੰ ਦੇਖਿਆ ਤੇ ਸਭ ਕੁਝ ਭੁੱਲ ਗਈ। ਉਹ ਦੋਵੇਂ ਦੂਰੀ ਤੋਂ ਬਾਅਦ ਜਿਵੇਂ ਬਹੁਤ ਨੇੜੇ-ਨੇੜੇ ਆ ਗਏ। ਐਦਾਂ ਮਿਲੇ ਜਿਵੇਂ ਇੱਕ ਦੂਜੇ 'ਚ ਘੁਲ ਜਾਣਗੇ। ਪਰ ਜਦੋਂ ਫੇਰ ਤਾਵਲ ਦਾ ਹੱਥ ਮਹਾ ਮਦਨ ਸੁੰਦਰੀ ਦੇ ਹੱਥ 'ਚ ਆਇਆ ਤਾਂ फडਕ ਪਈ। ਤਾਵਲ ਦੀਆਂ ਬਾਹਾਂ ਚੋਂ ਤੜਪ ਕੇ ਨਿਕਲ ਗਈ। ਸੁੰਦਰੀ ਹੁਣ ਤੈਨੂੰ ਕੀ ਹੋਇਆ? ਸ਼ਰਮ ਆ ਰਹੀ ਹੈ। ਆਪਣੇ ਪਤੀ ਤੋਂ? ਨਹੀਂ ਪਤੀ ਤੋਂ ਨਹੀਂ ਫਿਰ ਕਿਸ ਤੋਂ? ਸੰਗ ਦੇ ਸੰਗ ਦੇ ਕਹਿਣ ਲੱਗੀ ਤੜ ਤੋਂ। "ਹੇ ਮੇਰੀ ਪਤਨੀ ਉਹ ਪਰੇਸ਼ਾਨ ਹੋ ਕੇ ਬੁਲਿਆ ਕਿ ਤੂੰ ਫੇਰ ਮੇਰਾ ਸਿਰ ਤੇ ਅਲੱਗ-ਅਲੱਗ ਦੇਖਣਾ ਚਾਹਨੀ ਹੈ। ਇਹ ਸਮਝ ਲੈ ਜਿਹਦਾ ਸਿਰ ਉਸੇ ਦਾ ਤੜ। ਸੋ ਸਿਰ ਵੀ ਮੈਂ ਤੜ ਵੀ ਮੈਂ।" Tanuad, cel